ਸੜਕਾਂ ਤੇ ਠਾਠਾਂ ਮਾਰ ਰਿਹਾ ਪਾਣੀ। ਗਲੀਆਂ ਬਣ ਗਈਆਂ ਦਰਿਆ। ਪਾਣੀ ਚ ਡੁੱਬੇ ਅੱਧੇ ਅੱਧੇ ਮਕਾਨ। ਤਸਵੀਰਾਂ ਨੇ ਜਿੱਥੇ ਮੀਂਹ ਦੇ ਨਾਲ ਪੂਰਾ ਦਾ ਪੂਰਾ ਸ਼ਹਿਰ ਹੀ ਪਾਣੀ ਚ ਡੁੱਬਿਆ ਪਿਆ ਹੈ, ਜਿਸ ਵਿੱਚੋਂ ਗੱਡੀਆਂ ਦਾ ਲੰਘਣਾ ਵੀ ਔਖਾ ਹੋਇਆ। ਇੰਨਾ ਹੀ ਨਹੀਂ, ਜਿੱਥੇ ਸੜਕਾਂ ਦੇ ਉੱਤੇ ਠਾਠਾਂ ਮਾਰ ਰਿਹਾ ਇਹ ਪਾਣੀ ਨਜ਼ਰ ਆ ਰਿਹਾ ਹੈ, ਤਾਂ ਗਲੀਆਂ ਦੇ ਵੀ ਹਾਲ ਦੇਖ ਲਓ ਕਿ ਲੋਕਾਂ ਦੇ ਅੱਧੇ ਅੱਧੇ ਮਕਾਨ ਤਾਂ ਇਸ ਪਾਣੀ ਦੇ ਵਿੱਚ ਹੀ ਡੁੱਬ ਗਏ ਨੇ, ਜਿਸ ਕਰਕੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੜਿਆ ਹੋਇਆ ਹੈ ਤੇ ਲੋਕ ਬਾਲਟੀਆਂ ਭਰ ਭਰ ਕੇ ਆਪਣੇ ਘਰਾਂ ਚੋਂ ਪਾਣੀ ਬਾਹਰ ਕੱਢ ਰਹੇ ਨੇ। ਸਕੂਲ ਵੈਨ ਹੋਵੇ ਜਾਂ ਕਿਸੇ ਰਾਹਗੀਰ ਦੀ ਗੱਡੀ, ਪਾਣੀ ਦੇ ਵਿੱਚ ਬੰਦ ਹੋ ਰਹੇ ਨੇ ਜਾਂ ਲੰਘਣਾ ਔਖਾ ਹੋ ਰਿਹਾ ਹੈ। ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ। ਹੁਸ਼ਿਆਰਪੁਰ ਦੇ ਵਿੱਚ ਮੀਂਹ ਤੋਂ ਬਾਅਦ ਜੋ ਹਾਲਾਤ ਬਣੇ ਨੇ ਉਹ ਤਸਵੀਰਾਂ ਦੇ ਵਿੱਚ ਬਿਆਨ ਹੋ ਰਹੇ ਨੇ ਕਿ ਕਿਸ ਤਰ੍ਹਾਂ ਪਾਣੀ ਭਰਿਆ ਹੋਇਆ ਹੈ ਗਲੀਆਂ ਦੇ ਵਿੱਚ। ਸੜਕਾਂ ਦੇ ਉੱਤੇ ਦੇਖੋ ਕਿ ਕਿਸੇ ਦਰਿਆ ਦੀ ਤਰ੍ਹਾਂ ਪਾਣੀ ਠਾਠਾਂ ਮਾਰ ਰਿਹਾ ਹੈ। ਗਲੀਆਂ ਦੇ ਵਿੱਚੋਂ ਜਿੱਥੋਂ ਵੀ ਗੱਡੀਆਂ ਲੰਘਦੀਆਂ ਨੇ ਤਾਂ ਜੋ ਲੋਕ ਘਰਾਂ 'ਚੋਂ ਪਾਣੀ ਬਾਹਰ ਕੱਢ ਰਹੇ ਨੇ, ਇਹਨਾਂ ਗੱਡੀਆਂ ਦੇ ਨਾਲ ਛਲਾਕਾ ਵੱਜਦਾ ਹੈ ਅਤੇ ਪਾਣੀ ਫਿਰ ਤੋਂ ਲੋਕਾਂ ਦੇ ਘਰਾਂ ਦੇ ਅੰਦਰ ਚਲਾ ਜਾਂਦਾ ਹੈ। ਲੋਕ ਪਰੇਸ਼ਾਨ ਹੋ ਗਏ ਨੇ, ਪਾਣੀ ਦੀ ਨਿਕਾਸੀ ਕਿਸੇ ਪਾਸੇ ਨਹੀਂ ਹੈ। ਮੀਂਹ ਵੀ ਰੁਕੇਗਾ ਤਾਂ ਫਿਰ ਜਾ ਕੇ ਸ਼ਾਇਦ ਕੁਝ ਰਾਹਤ ਮਿਲੇ। ਲੋਕਾਂ ਦਾ ਕਹਿਣਾ ਹੈ ਕਿ ਮੀਂਹ ਰੁਕਣ ਤੋਂ ਬਾਅਦ ਵੀ ਕਾਫੀ ਦੇਰ ਤੱਕ ਪਾਣੀ ਇਸੇ ਤਰ੍ਹਾਂ ਖੜਾ ਰਹਿੰਦਾ ਹੈ, ਨਿਕਲਣ ਦੇ ਵਿੱਚ ਕਾਫੀ ਸਮਾਂ ਲੱਗਦਾ ਹੈ, ਜਿਸ ਲਈ ਪ੍ਰਸ਼ਾਸਨ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਮੌਨਸੂਨ ਹਾਲੇ ਸ਼ੁਰੂ ਹੋਇਆ ਹੈ ਤੇ ਹਾਲੇ ਪੂਰਾ ਮਹੀਨਾ ਪਿਆ ਹੈ, ਜਦੋਂ ਬਰਸਾਤਾਂ ਹੋਣੀਆਂ ਨੇ, ਮੀਂਹ ਪੈਣੇ ਨੇ, ਤਾਂ ਉਸ ਤੋਂ ਪਹਿਲਾਂ ਹੀ ਹਾਲ ਦੇਖ ਲਓ ਇਸ ਹੁਸ਼ਿਆਰਪੁਰ ਸ਼ਹਿਰ ਦੇ, ਜਿਸ ਵਿੱਚ ਲੋਕ ਦੁਖੀ ਹੋ ਗਏ ਨੇ। ਮੀਂਹ ਨੂੰ ਉਡੀਕ ਦਿੱਤਾ ਸੀ ਕਿ ਰਾਹਤ ਮਿਲੇਗੀ ਗਰਮੀ ਤੋਂ, ਪਰ ਹੁਣ ਇਹ ਮੀਂਹ ਮੁਸੀਬਤ ਬਣ ਗਿਆ ਹੈ। ਲੋਕ ਘਰਾਂ ਦੇ ਅੰਦਰ ਵੀ ਚੈਨ ਨਾਲ ਨਹੀਂ ਰਹਿ ਪਾ ਰਹੇ ਨੇ, ਪਾਣੀ ਭਰ ਚੁੱਕਿਆ ਲੋਕਾਂ ਦੇ ਘਰਾਂ ਦੇ ਅੰਦਰ ਤੇ ਲੋਕ ਬਾਲਟੀਆਂ ਭਰ ਭਰ ਕੇ ਪਾਣੀ ਬਾਹਰ ਸੁੱਟ ਰਹੇ ਨੇ।